ਤੁਸੀਂ ਸਾਰੇ ਕਹਿੰਦੇ ਜੀ ਮੈਂ ਬਹੁਤ ਫਿਰਨੀ ਹਾਂ, ਮੈਂ ਬੜੀ ਫਰੌਂਤਲ ਹਾਂ, ਮੈਂ ਘਰ 'ਚ ਤਾਂ ਟਿਕਦੀ ਨਹੀਂ, ਮੇਰੇ ਪੈਰਾਂ ਨੂੰ ਤਾਂ ਟਿਕਣੀ ਹੱਡੀ ਨਹੀਂ ਲੱਗੀ ਤੁਹਾਨੂੰ, ਹੁਣ ਮੈਂ ਕੀ ਦੱਸਾਂ। ਆਪਣੀਆਂ ਜ਼ਿੰਮੇਵਾਰੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਨੂੰ ਜਦੋਂ ਕੋਈ ਭੈਣ ਭਰਾ ਕਹਿੰਦਾ ਕਿ ਸਾਡੇ ਨਾਲ ਬਾਜ਼ਾਰ ਚੱਲ, ਹੋਸਪਿਟਲ ਚੱਲ, ਡਾਕਟਰ ਕੋਲ ਚੱਲ, ਘੁੰਮਣ ਫਿਰਨ ਚੱਲ, ਸ਼ੋਪਿੰਗ ਕਰਨ ਚੱਲ, ਤਾਂ ਫਿਰ ਜਾਣਾ ਆਉਣਾ ਪੈਂਦਾ ਹੈ, ਕਿਉਂਕਿ ਸਭ ਨੂੰ ਆਪਣੇ ਆਪਣੇ ਰਿਸ਼ਤਿਆਂ ਦੇ ਉੱਤੇ ਬੜੇ ਹਮੇਦਾਵੇ ਹੁੰਦੇ ਨੇ। ਇਸੇ ਤਰ੍ਹਾਂ ਅੱਜ ਮੈਂ ਵੀ ਡਾਕਟਰ ਕੋਲ ਜਾਣਾ ਸੀ, ਡਾਕਟਰ ਕੋਲ ਜਾਣ ਵਾਸਤੇ ਖੈਰ ਦੇ ਨਾਲ ਅਸੀਂ ਕਾਰ ਦੇ ਕੰਮਾਂ ਨੂੰ ਬਾਏ ਬਾਏ ਅੱਲਾ ਹਾਫਿਜ਼ ਕਰਕੇ ਅਤੇ ਫਟਾਫਟ ਡਾਕਟਰ ਦਾ ਰਸਤਾ ਇਖਤਿਆਰ ਕੀਤਾ। ਡਾਕਟਰ ਦੀ ਦੁਕਾਨ 'ਤੇ ਪਹੁੰਚਦੇ ਸਾਥ ਅਸੀਂ ਸਭ ਤੋਂ ਪਹਿਲੇ ਡਾਕਟਰ ਦੀ ਲੈਬ ਤੋਂ ਟੈਸਟ ਰਿਪੋਰਟਾਂ ਰਿਸੀਵ ਕੀਤੀਆਂ। ਟੈਸਟ ਰਿਪੋਰਟ ਰਿਸੀਵ ਕਰਕੇ ਅਸੀਂ ਨਾਮ ਪਤਾ ਲਿਖਵਾ ਕੇ ਉੱਥੇ ਕਾਫੀ ਜ਼ਿਆਦਾ ਟਾਈਮ ਵੇਟ ਕੀਤਾ, ਅਤੇ ਵੇਟ ਕਰਦੇ ਕਰਦੇ ਕਾਫੀ ਜ਼ਿਆਦਾ ਪੇਸ਼ੈਂਟ ਐਸੇ ਸੀ, ਕਿਸੇ ਨੂੰ ਵੋਮਿਟ ਆਉਂਦੀ ਪਈ, ਕਿਸੇ ਦਾ ਬੁਖਾਰ ਦੇ ਵਿੱਚ ਬੁਰਾ ਹਾਲ ਹੈ, ਕਿਸੇ ਦਾ ਸਰ ਦਰਦ ਨਾਲ ਬੁਰਾ ਹਾਲ ਹੈ, ਕਿਸੇ ਨੂੰ ਡ੍ਰਿਪ ਲੱਗਦੀ ਪਈ, ਕਿਸੇ ਨੂੰ ਇੰਜੈਕਸ਼ਨ ਲੱਗਦੇ ਪਏ ਨੇ। ਡਾਕਟਰ ਦੇ ਕੋਲ ਬਹਿ ਕੇ ਮੈਂ ਸਾਰੀ ਆਪਣੀਆਂ ਰਿਪੋਰਟਾਂ ਟੈਸਟ ਦਿਖਾ ਕੇ ਡਾਕਟਰ ਦੇ ਨਾਲ ਸਲਾਹ ਮਸ਼ਵਰਾ ਕਰਕੇ ਆਪਣੀ ਨਵੀਂ ਦਵਾਈ ਨੂੰ ਖਾਣ ਦਾ ਆਗਾਜ਼ ਸ਼ੁਰੂ ਕੀਤਾ। ਤੁਸੀਂ ਸਾਰੇ ਵੀ ਦੁਆ ਕਰੋਗੇ ਅਸੀਂ ਜਿਸ ਮਸਲੇ ਵਾਸਤੇ ਡਾਕਟਰ ਕੋਲ ਆਏ ਹਾਂ, ਸਾਡਾ ਅੱਲਾ ਪਾਕ ਇਸ ਮਸਲੇ ਨੂੰ ਹੱਲ ਕਰੇ ਅਤੇ ਸਾਨੂੰ ਸਿਹਤ ਯਾਬੀ ਵਾਲੀ ਲੰਬੀ ਜ਼ਿੰਦਗੀ ਦੇਵੇ। ਆਮੀਨ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਅਲੈਕੁਮ। ਹਾਂਜੀ, ਕੀ ਹਾਲ ਹੈ ਤੁਹਾਡੇ ਸਾਰਿਆਂ ਦੇ? ਤਬਿਸ਼ਤਾਂ, ਸਿਹਤਾਂ, ਨਿਸ਼ਤਾਂ ਸਭ ਠੀਕ ਠਾਕ ਹੈ? ਤੁਸੀਂ ਸਾਰੇ ਕਹਿੰਦੇ ਜੀ ਮੈਂ ਬਹੁਤ ਫਿਰਨੀ ਹਾਂ, ਮੈਂ ਬੜੀ ਫਰੌਂਤਲ ਹਾਂ, ਮੈਂ ਘਰ 'ਚ ਤਾਂ ਟਿਕਦੀ ਨਹੀਂ, ਮੇਰੇ ਪੈਰਾਂ ਨੂੰ ਤਾਂ ਟਿਕਣੀ ਹੱਡੀ ਨਹੀਂ ਲੱਗੀ ਤੁਹਾਨੂੰ, ਹੁਣ ਮੈਂ ਕੀ ਦੱਸਾਂ। ਆਪਣੀਆਂ ਜ਼ਿੰਮੇਵਾਰੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਨੂੰ ਜਦੋਂ ਕੋਈ ਭੈਣ ਭਰਾ ਕਹਿੰਦਾ ਕਿ ਸਾਡੇ ਨਾਲ ਬਾਜ਼ਾਰ ਚੱਲ, ਹੋਸਪਿਟਲ ਚੱਲ, ਡਾਕਟਰ ਕੋਲ ਚੱਲ, ਘੁੰਮਣ ਫਿਰਨ ਚੱਲ, ਸ਼ੋਪਿੰਗ ਕਰਨ ਚੱਲ, ਅਤੇ ਫਿਰ ਜਾਣਾ ਆਉਣਾ ਪੈਂਦਾ ਹੈ, ਕਿਉਂਕਿ ਸਭ ਨੂੰ ਆਪਣੇ ਆਪਣੇ ਰਿਸ਼ਤਿਆਂ ਦੇ ਉੱਤੇ ਬੜੇ ਹਮੇਦਾਵੇ ਹੁੰਦੇ ਨੇ। ਇਸੇ ਤਰ੍ਹਾਂ ਅੱਜ ਮੈਂ ਵੀ ਡਾਕਟਰ ਕੋਲ ਜਾਣਾ ਸੀ, ਡਾਕਟਰ ਕੋਲ ਜਾਣ ਵਾਸਤੇ ਖੈਰ ਦੇ ਨਾਲ ਅਸੀਂ ਕਾਰ ਦੇ ਕੰਮਾਂ ਨੂੰ ਬਾਏ ਬਾਏ ਅੱਲਾ ਹਾਫਿਜ਼ ਕਰਕੇ ਅਤੇ ਫਟਾਫਟ ਡਾਕਟਰ ਦਾ ਰਸਤਾ ਇਖਤਿਆਰ ਕੀਤਾ। ਡਾਕਟਰ ਦੀ ਦੁਕਾਨ 'ਤੇ ਪਹੁੰਚਦੇ ਸਾਥ ਅਸੀਂ ਸਭ ਤੋਂ ਪਹਿਲੇ ਡਾਕਟਰ ਦੀ ਲੈਬ ਤੋਂ ਟੈਸਟ ਰਿਪੋਰਟਾਂ ਰਿਸੀਵ ਕੀਤੀਆਂ। ਟੈਸਟ ਰਿਪੋਰਟ ਰਿਸੀਵ ਕਰਕੇ ਅਸੀਂ ਨਾਮ ਪਤਾ ਲਿਖਵਾ ਕੇ ਉੱਥੇ ਕਾਫੀ ਜ਼ਿਆਦਾ ਟਾਈਮ ਵੇਟ ਕੀਤਾ, ਅਤੇ ਵੇਟ ਕਰਦੇ ਕਰਦੇ ਕਾਫੀ ਜ਼ਿਆਦਾ ਪੇਸ਼ੈਂਟ ਐਸੇ ਸੀ, ਕਿਸੇ ਨੂੰ ਵੋਮਿਟ ਆਉਂਦੀ ਪਈ, ਕਿਸੇ ਦਾ ਬੁਖਾਰ ਦੇ ਵਿੱਚ ਬੁਰਾ ਹਾਲ ਹੈ, ਕਿਸੇ ਦਾ ਸਰ ਦਰਦ ਨਾਲ ਬੁਰਾ ਹਾਲ ਹੈ, ਕਿਸੇ ਨੂੰ ਡ੍ਰਿਪ ਲੱਗਦੀ ਪਈ, ਕਿਸੇ ਨੂੰ ਇੰਜੈਕਸ਼ਨ ਲੱਗਦੇ ਪਏ ਨੇ। ਬਸ ਫਿਰ ਉਸ ਟਾਈਮ ਸਾਰਿਆਂ ਨੂੰ ਵੇਖ ਕੇ ਸਾਨੂੰ ਗਾਣਾ ਯਾਦ ਆ ਗਿਆ, ਲੋਗੋਂ ਕਾ ਗਮ ਦੇਖਾ ਤੋ ਮੈਂ ਆਪਣਾ ਗਮ ਭੁੱਲ ਗਿਆ। ਉਸ ਆਵੇ ਇੱਥੇ ਸਾਰਿਆਂ ਦੀ ਤਕਲੀਫ ਵੇਖਦੇ ਵੇਖਦੇ ਸਾਨੂੰ ਆਪਣੀ ਤਕਲੀਫ ਦਾ ਤਾਂ ਅੰਦਾਜ਼ਾ ਹੀ ਨਹੀਂ ਰਿਹਾ ਕਿ ਅਸੀਂ ਕਿਸ ਮਸਲੇ ਵਾਸਤੇ ਡਾਕਟਰ ਕੋਲ ਆਏ ਸਾਂ। ਬਸ ਫਿਰ ਆਪਣੇ ਮਸਲੇ ਨੂੰ ਯਾਦ ਕਰਦੇ ਕਰਦੇ ਸਾਡੀ ਨਜ਼ਰ ਦੀਵਾਰ 'ਤੇ ਲਟਕੀ ਹੋਈ ਘੜੀ 'ਤੇ ਪਈ, ਅਤੇ ਟਾਈਮ 11:45 ਹੋ ਚੁੱਕੇ ਸੀ, ਦਿਨ ਦੇ 11:45 ਨਹੀਂ, ਰਾਤ ਦੇ 11:45 ਹੋ ਚੁੱਕੇ ਸੀ। ਬਸ ਫਿਰ ਮੈਂ ਉੱਠ ਕੇ ਰੌਲਾ ਪਾਉਣਾ ਸ਼ੁਰੂ ਕਰਤਾ, ਮੈਂ ਕਿਹਾ ਖੁਦਾ ਦਾ ਖੌਫ ਕਰੋ, 7-8 ਵਜੇ ਦੇ ਅਸੀਂ ਆਏ ਹਾਂ, ਰਾਤ ਦੇ 11:45 ਹੋ ਗਏ ਨੇ, ਅਸੀਂ ਪਹਿਲੇ ਦਾ ਟੋਕਨ ਲਿਖਵਾਇਆ, ਚਲੋ ਤੁਸੀਂ ਮੈਨੂੰ ਪਰਚੀ ਦਿਓ, ਮੈਂ ਡਾਕਟਰ ਦੇ ਨਾਲ ਜਾ ਕੇ ਖੁਦ ਗੱਲ ਕਰਾਂ, ਫਿਰ ਜਿਹੜੀ ਹੋਏਦੀ ਵੇਖੀ ਜਾਏਦੀ। ਬਸ ਫਿਰ ਉਹਨਾਂ ਨੇ ਸਮਝਿਆ ਬੀਬੀ ਅਤੇ ਹੁਣ ਵਾਹਵਾ ਹੀ ਪੁੱਤਰ ਗਈ, ਇਹਨੂੰ ਪਰਚੀ ਦੇ ਦੀ। ਬਸ ਫਿਰ ਉਹਨਾਂ ਨੇ ਮੈਨੂੰ ਫੌਰਨ ਪਰਚੀ ਦੇ ਕੇ ਡਾਕਟਰ ਵੱਲ ਤੋਰ ਦਿੱਤਾ। ਡਾਕਟਰ ਦੇ ਕੋਲ ਬਹਿ ਕੇ ਮੈਂ ਸਾਰੀ ਆਪਣੀਆਂ ਰਿਪੋਰਟਾਂ ਟੈਸਟ ਸਾਰਾ ਕੁਛ ਦਿਖਾ ਕੇ ਡਾਕਟਰ ਦੇ ਨਾਲ ਸਲਾਹ ਮਸ਼ਵਰਾ ਕਰਕੇ ਆਪਣੀ ਨਵੀਂ ਦਵਾਈ ਨੂੰ ਖਾਣ ਦਾ ਆਗਾਜ਼ ਸ਼ੁਰੂ ਕੀਤਾ। ਤੁਸੀਂ ਸਾਰੇ ਵੀ ਦੁਆ ਕਰੋਗੇ ਅਸੀਂ ਜਿਸ ਮਸਲੇ ਵਾਸਤੇ ਡਾਕਟਰ ਕੋਲ ਆਏ ਹਾਂ, ਸਾਡਾ ਅੱਲਾ ਪਾਕ ਇਸ ਮਸਲੇ ਨੂੰ ਹੱਲ ਕਰੇ ਅਤੇ ਸਾਨੂੰ ਸਿਹਤ ਯਾਬੀ ਵਾਲੀ ਲੰਬੀ ਜ਼ਿੰਦਗੀ ਦੇਵੇ। ਆਮੀਨ ਸੁਮਾ ਆਮੀਨ। ਡਾਕਟਰ ਦੀ ਦੁਕਾਨ ਤੋਂ ਮੈਡੀਸਨ ਲੈ ਕੇ ਫਿਰ ਅਸੀਂ ਫਟਾਫਟ ਡਾਕਟਰ ਦੇ ਕਲੀਨਿਕ ਨੂੰ ਬਾਏ ਬਾਏ ਅਤੇ ਅੱਲਾ ਹਾਫਿਜ਼ ਕੀਤਾ। ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ, ਇਸ ਲਈ ਰਸਤੇ ਦਾ ਵਲੋਗ ਬਣਾਉਣਾ, ਸ਼ੋਰਟ ਬਣਾਉਣਾ ਸਾਨੂੰ ਮੁਨਾਸਬ ਨਹੀਂ ਲੱਗਾ, ਕਿਉਂਕਿ ਵਕਤ ਨਹੀਂ ਠੀਕ ਹੈ, ਐਤਬਾਰ ਨਹੀਂ ਹੈ, ਕੋਈ ਰਾਹ ਚੱਲਦਾ, ਕੋਈ ਬਾਈਕ ਦੇ ਉੱਤੇ ਸਾਡੇ ਕੋਲ ਮੋਬਾਈਲ ਖੋ ਕੇ ਲੈ ਜਾਵੇ, ਫਿਰ ਸਾਡੇ ਵਾਸਤੇ ਦੁਬਾਰਾ ਨਵਾਂ ਮੋਬਾਈਲ ਲੈਣਾ ਵੀ ਬੜਾ ਔਖਾ ਹੈ। ਬਸ ਫਿਰ ਅਸੀਂ ਅੱਲਾ ਦਾ ਜ਼ਿਕਰ ਕਰਦੇ ਕਰਦੇ ਫਟਾਫਟ ਰਸਤੇ ਨੂੰ ਇਖਤਿਆਰ ਕਰਦੇ ਹੋਏ ਆਪਣੀ ਗਲੀ ਦੇ ਵਿੱਚ ਪਹੁੰਚ ਕੇ ਅੱਲਾ ਪਾਕ ਦਾ ਲੱਖ ਲੱਖ ਸ਼ੁਕਰ ਅਦਾ ਕੀਤਾ। ਅੱਜ ਦਾ ਵਲੋਗ ਇੱਥੇ ਹੀ ਐਂਡ ਕੀਤਾ। ਇਨਸ਼ਾਅੱਲਾ ਜ਼ਿੰਦਗੀ ਲਈ ਦੁਬਾਰਾ ਕਿਸੇ ਹੋਰ ਵਲੋਗ ਦੇ ਨਾਲ ਹਾਜ਼ਰ ਹੋਵਾਂਗੇ। ਆਪਣਾ ਬਹੁਤ ਸਾਰਾ ਖਿਆਲ ਰੱਖੋ, ਦੁਆਵਾਂ ਵਿੱਚ ਯਾਦ ਰੱਖੋ। ਅੱਲਾ ਹਾਫਿਜ਼।